ਅਸਲਾਮੁਅਲੈਕਮ, ਵੈਲਕਮ ਟੂ ਨਿਊ ਵਲੌਗ। ਬੱਚਿਆਂ ਨੇ ਵੀਡੀਓ ਬਣਾਉਣੀ ਹੈ ਜੀ ਯੂਕੇ ਲਿਆ, ਬੜੀ ਜ਼ਬਰਦਸਤ ਬੱਸ ਤਿਆਰ ਕਰਾਈ ਹੈ ਜੀ, ਤਾਂ ਉਸ ਨਾਲ ਰਿਵਿਊ ਕਰਾਂਗੇ ਜੀ। ਹੋਰ ਬੱਸ ਹੈ, ਇੰਨਾ ਤਿਆਰ ਕਰਾਈ ਹੈ, ਕਾਕੜਾ ਟੋਣ ਲਿਆ ਆਪਾਂ ਜੀ, ਮਾਸ਼ਾਅੱਲਾ ਕਿਤੇ ਨੇ ਜ਼ਬਰਦਸਤ ਨਾਲ ਤਿਆਰ ਕਰਾਈ ਹੈ। ਆਪਣੀ ਜ਼ਿੰਦਗੀ ਸਭ ਨਾਲ ਖੂਬਸੂਰਤ ਜੇ ਬੱਸ ਤੱਕ ਹੀ ਜਾਣਾ ਠੀਕ ਹੈ ਜੀ। ਵੈਸੇ ਤਾਂ ਕਾਫੀ ਬੱਸਾਂ ਤੱਕ ਸਫ਼ਰ ਹੀ ਉਸ ਕੀਤਾ ਨਾ, ਪਰ ਮਾਸ਼ਾਅੱਲਾ ਤੋਂ ਤੱਕ ਸਕਣਾ ਜੀ, ਵਾਕਈ ਚੀਜ਼ ਤਿਆਰ ਹੋਈ ਹੈ। ਮਾਲਕ ਵੀ ਇੱਥੇ ਨਾਲ, ਇਹਨਾਂ ਕੋਲ ਕੁਛ ਤਾਂ ਕਿਤਨਾ ਹੀ ਖਰਚਾ ਹੋਇਆ, ਤਾਂ ਅੰਦਰੋਂ ਵੀ ਚੈੱਕ ਕਰਾ ਸਾਂ ਜਿਹੜੀ ਕਸ ਟਰਾਂਸਪੋਰਟ, ਜਿਸਦਾ ਮਤਲਬ ਹੈ ਪਹਿਲੇ ਵੀ ਚੱਲ ਨਹੀਂ ਰਹੀ ਹੈ ਅਤੇ ਦੁਬਾਰਾ ਫਿਰ ਤਿਆਰ ਹੋਈ ਹੈ। ਇਹਦਾ ਕੋਈ ਜੀ ਮੇਰੇ ਕਹਿ ਪਿੱਤਲ ਨਾਲ ਲਿਖਾਈ ਹੋਈ ਹੈ, ਮਾਲਕ ਆਪਣਾ ਸ਼ੌਕ ਸਹੀ ਤਰੀਕੇ ਨਾਲ ਪੂਰਾ ਕੀਤਾ। ਬਾਕੀ ਦੂਜੀ ਸਾਈਡ ਚੈੱਕ ਕਰਾਉਣੇ ਕਰਨਾ, ਇਹ ਵੀ ਬਾਣਾ ਜੀ ਕਿਹੜਾ ਕਿਹੜਾ ਬੰਦਾ ਜੜੀ ਕਸ ਵਾਲੀ ਬੱਸਾਂ ਦਾ ਸਫ਼ਰ ਕਿਤੇ ਹੈ, ਕਿਉਂਕਿ ਦੁਬਾਰਾ ਤਿਆਰ ਹੋਈ ਹੈ, ਪਹਿਲੇ ਤਾਂ ਚੱਲ ਨਹੀਂ ਰਹੀ ਹੈ, ਅਤੇ ਕਾਕੜਾ ਤੋਂ ਜਾ ਕੇ ਮੀਰਪੁਰ ਜਾ ਰਹੀ ਹੈ। ਬਹੁਤ ਜਾਈਦੀ ਅਸਾਂ ਗੱਡੀ ਵਿੱਚ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਇੰਟਰ ਹੋ ਗਏ ਜੀ ਅੰਦਰ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਇਹਦਾ ਕੌਣ ਜੀ ਸਹੀ ਦੁਲਣੀ ਤਰ੍ਹਾਂ ਸਜੀ ਹੈ, ਕੋਸ਼ਿੰਗ ਮੈਟ ਸਾਰਾ ਕੁਝ ਜ਼ਬਰਦਸਤ ਹੈ ਜੀ। ਮਾਸ਼ਾਅੱਲਾ ਖੂਬਸੂਰਤੀ ਖਰਚਾ ਬਣਾ ਹੋਇਆ ਸੀ ਇਸ ਦਾ। ਹਾਂਜੀ ਅੰਕਲ ਜੀ, ਹੋਰ ਸਹੀ ਠੀਕ ਹਨ? ਕਿਸ ਤਰ੍ਹਾਂ ਸਰ, ਦੁਆ ਸਭ ਜੀ ਦਾ ਥੋੜਾ ਆਪਣਾ ਤਾਰਫ ਕਰਾ ਸੋ। ਸਾਡਾ ਨਾਮ ਸਰ ਰਿਆਸਤ ਅਲੀ ਜੀ, ਮੈਂ ਕਾਕੜਾ ਟੋਨ ਹੋਣਾ ਸਹੀ ਹੈ, ਸੈਕਟਰ ਜੀ ਦਾ ਉਹ ਸਰ ਯੂਨਾਈਟਿਡ ਕਿੰਗਡਮ ਸਹੀ ਹੈ। ਇਹ ਸਰ ਗੱਡੀ ਅਸੀਂ 1974 ਵਿੱਚ ਆਹ ਟੈਕਸੀ ਮਾਰੇ ਵਾਲਾ ਸਰ ਜੀ, ਅਸਾਂ ਕਾਫੀ ਗੱਡੀਆਂ ਬੱਸਾਂ ਚਲਾਈਆਂ ਨੇ ਸ਼ੁਰੂ ਕਿਆ ਪਰ ਜੀ, ਸਾਡੇ ਦਾਦੇ ਹੋਰ ਅਲਹਾਜ ਮੁਹੰਮਦ ਇਬਰਾਹੀਮ ਔਰ ਰੂਮ, ਉਹਨਾਂ ਨੇ ਅਸਾਂ 1974 ਵਿੱਚ ਤਿਆਰ ਕਰਾਇਆ ਸੀ ਸਾਡੇ ਵਾਲਦ ਸਾਹਿਬ ਜਿਹੜਾ ਨਾਂ ਸੀ ਹਾਜੀ ਮੁਰੱਬਤ ਖਾਨ ਮਾਰੂਮ ਜੀ। ਫਿਰ ਇਸ ਗੱਡੀ ਕੀ ਅਸਾਂ 41 ਸਾਲ ਚਲਾਇਆ, ਫਿਰ ਭਾਈ ਮਾੜੇ ਨੇ ਕੋਈ ਦੋਸਤ ਉਹਨਾਂ ਗੱਡੀ ਖੜੀ ਸੀ, ਉਹਨਾਂ ਕੋਲ ਗੱਡੀ ਮੈਂ 10 ਸਾਲਾਂ ਬਾਅਦ ਵਾਪਸ ਆਉਂਦੀ ਹੈ ਸਹੀ ਹੈ। ਇਹ ਗੱਡੀ ਮੈਂ ਸਾਡੇ ਸ਼ੌਕੀਆ ਤਿਆਰ ਕਰਾਈ ਹੈ ਆਪਣੇ ਬਜ਼ੁਰਗਾਂ ਦੀ ਮੈਮਰੀ ਲਈ ਸਹੀ ਹੈ। ਮਾਸ਼ਾਅੱਲਾ ਜੀ ਬਹੁਤ ਜ਼ਬਰਦਸਤ ਗੱਡੀ ਤਿਆਰ ਕੀਤੀ ਹੈ, ਤਾਂ ਲਾਈਟਿੰਗ ਵੀ ਜਿਹੜੀ ਹੋਈ ਹੈ ਨਾ ਜ਼ਬਰਦਸਤ। ਜਨਾਬ ਇਹ ਮਾੜਾ ਇੱਕ ਨੈਫੀਓ ਹੈ ਉਮਰ ਮਹਿਬੂਬ, ਇਹ ਮਾੜੇ ਉਸ ਦਾ ਭਾਈ ਛੋਟੇ ਅਜ਼ੀਜ਼ ਹੈ, ਇਸਦਾ ਨਾਮ ਸਾਦਮੀਨ ਹੈ, ਬੈਡ ਫੂਡ ਨੇ ਮਾਸ਼ਾਅੱਲਾ ਬਹੁਤ ਅੱਛੇ ਡਰਾਈਵਰ ਹਨ, ਦੋਵਾਂ ਜਣਿਆ ਮਾੜਾ ਬੜਾ ਸਾਥ ਦਿੱਤਾ ਅਸਾਂ ਨਤਰੀਆਂ ਮੀਟਿੰਗ ਹੈ, ਇਹ ਚੀਜ਼ ਤੁਹਾਨੂੰ ਸਾਹਮਣੇ ਆਉਂਦੀ ਹੈ। ਦੁਆ ਕਰੇ ਸਾਡਾ ਇਸ ਕੰਪਨੀ ਅਸਾਂ ਮਾੜੇ ਦਾਦੇ ਹੋਰਾਂ ਸਟੈਬਲਿਸ਼ ਕੀਤੀ ਸੀ 1963 ਵਿੱਚ, ਮਾੜੇ ਵਾਲਾ ਸਾਹਿਬ ਚਲਾਇਆ, ਸਾਡੀ ਕੋਚ ਕੰਪਨੀ ਹੈ ਹੋਲਸੇਲ, ਜਿਸ ਦਾ ਨਾਮ ਪ੍ਰੈਮੀਅਰ ਟਰੈਵਲ ਕੋਚਿਸ ਲਿਮਿਟਿਡ, ਇਨਸ਼ਾਅੱਲਾ ਅਸਾਂ ਨਾਂ ਤਾਂ ਰਜਿਸਟਰ ਕਰਾਇਆ, ਅਗਰ ਅੱਲਾ ਕੀ ਮਨਜ਼ੂਰ ਹੈ ਤਾਂ ਮੈਂ ਉਸ ਦਾ ਨਾਮ ਹੀ ਜੜੀ ਕਸ ਟਰਾਂਸਪੋਰਟ 1963 ਲਿਮਿਟਿਡ ਰੱਖ ਸਕਦਾ ਇੰਗਲੈਂਡ ਵਿੱਚ।
ਅੰਕਲ ਜੀ ਖਰਚਾ ਕਿਤਨਾ ਇੱਕ ਆਇਆ ਸੀ ਕਿਉਂਕਿ ਕੰਮ ਤਾਂ ਬਹੁਤ ਜ਼ਿਆਦਾ ਹੈ ਸਾਡੀ ਸ਼ੋਕ ਨਾ ਕੋਈ ਮੁੱਲ ਨਹੀਂ ਇਹ ਤਾਂ ਗੱਲ ਹੈ ਇਤਨਾ ਗੁੜ ਬੋ ਇਤਨਾ ਮਿੱਠਾ ਇਸ ਗੱਡੀ ਕੀ ਹੁਣ ਵੀ ਚੀਜ਼ਾਂ ਲਓ 10 ਲੱਖ ਜੋੜ ਲੱਗੀ ਜਾ ਸਕਦੀ ਇਹ ਗੱਲ ਹੈ ਸਾਡੀ ਮਜ਼ੀਦ ਹੈ ਸਾਡੇ ਭਾਈ ਨੂੰ ਛੋਟਾ ਅਜ਼ੀਜ਼ ਹੈ ਜਿਹਨਾਂ ਕੋਲ ਕੋਈ ਕੋਈ ਪੁੱਛਣਾ ਚਾਹੁੰਦੇ ਹੋਏ ਬੈਡ ਫੋਰਡ ਨਾਲ ਬਹੁਤ ਨੌਲੇਜ ਹੈ ਸਹੀ ਹੈ ਜੀ ਤਾਂ ਬਾਕੀ ਆ ਕੰਮ ਹੋਇਆ ਇੰਜਨ ਨਾਲ ਗੱਡੀ ਕਿਸ ਤਰ੍ਹਾਂ ਚੱਲਣੀ ਹੈ ਯਕੀਨਨ ਤੁਸੀਂ ਆਪਣੀ ਜ਼ਿੰਦਗੀ ਚ ਕੀ ਆ ਜੀ ਬਸ ਨਹੀਂ ਧੱਕੀ ਹੋਣੀ ਜਿਹੜੀ ਅਸਾਂ ਨੇ ਕਾਕੜਾ ਟੋਨ ਆਪਣੇ ਘਰਾਂ ਵਿੱਚ ਹੈ ਜੀ ਕਿਆ ਹੀ ਜ਼ਬਰਦਸਤ ਨਜ਼ਾਰੇ ਤੇ ਲਾਜ਼ਮੀ ਪਾਉਣਾ ਜੀ ਕਿਹੜੇ ਕਿਹੜੇ ਮੁਲਕ ਇਥੋਂ ਤੱਕ ਰਹੇ ਹੋ ਤਾਂ ਬਸ ਤੁਸੀਂ ਪਸੰਦ ਆਈ ਹੈ ਜਾਂ ਕੌਣ ਨਹੀਂ ਕੋਈ ਅੰਨ ਸ਼ਾਨੀ ਮਾਰੋ ਜੀ ਤੁਸਾਂ ਪਾਕਿਸਤਾਨ ਹੀ ਬਸ ਚਲਾ ਰਹੇ ਹੋ ਕੋਣੀ ਜਲਾਇਤ ਹੈ ਸ਼ੌਕੀਆ 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 ਇਸਕੀ ਚਲਾਣੇ ਵਾਸਤੇ ਵੀ ਥੋੜਾ ਨਾਲੇ ਚਾਹੀਦਾ ਮੈਂ ਆਪੋ ਕੋਚ ਡਰਾਈਵਰ ਆ ਸਰ ਯੂਰਪ ਕੰਪਨੀ ਵੀ ਕੋਚਾ ਚਲਾਣਾ ਜਿਹੜੀ ਕੱਸ ਰੋਡ ਹੈ ਅੱਗੇ ਧੁੱਪ ਪੈ ਰਹੀ ਇਸ ਵਜ੍ਹਾ ਤੋਂ ਥੋੜਾ ਕੈਮਰਾ ਨਹੀਂ ਸਹੀ ਆ ਰਿਹਾ ਬੈਠ ਤੁਸੀਂ ਕਿਤਨਾ ਕੁ ਸਾਲ ਹੋ ਗਿਆ ਡਰਾਈਵਿੰਗ ਕਰ ਰਹੇ ਹੋ ਸਰ ਮੈਂ ਸਰ ਸਾਨੂੰ ਸਕੂਲ ਜੋੜਿਆ ਸਰ ਸਤਵੀਂ ਮਾਡਲ ਸਹੀ ਹੈ ਤਾਂ ਬਸ ਗੱਡੀਆਂ ਨਾਲ ਤਾਂ ਕਈ ਲੋਕ ਕਿੱਧਰ ਖੜੇ ਸ਼ੌਕ ਨਾਲ ਕੰਮ ਕੀਤਾ ਸੀ ਸਰ ਤਾਂ ਮੈਂ ਸਰ 2000 ਵਿੱਚ ਸਮਝੋ ਕਿ ਡਰਾਈਵਰ ਮੁਕੰਮਲ ਬਣ ਗਿਆ ਸਹੀ ਹੈ ਅੱਜ ਵਾਲਾ ਮਾਸ਼ਾਅੱਲਾ ਅੱਲਾਹ ਖੈਰ ਕਰੇ ਜੀ ਸੁਬਹ ਵੀ ਹੋ ਗਿਆ ਨਾ ਸਰ ਤਕਰੀਬਨ 26-27 ਸਾਲ ਲੇਕਿਨ ਗੱਡੀ ਚਲਾਉਣਾ ਸਰ ਮੈਂ ਤਕਰੀਬਨ 20-22 ਸਾਲ ਹੋ ਗਏ ਸਹੀ ਹੋ ਗਿਆ ਜੀ 24 ਸਾਲ ਸਹੀ ਹੋ ਗਿਆ ਜੀ ਤਾਂ ਅੱਜ ਕੱਲ੍ਹ ਬੱਸਾਂ ਘੱਟ ਨਹੀਂ ਗਈਆਂ ਸਰ ਬੱਸਾਂ ਦਾ ਕੰਮ ਕੋ ਨਹੀਂ ਖਤਮ ਹੀ ਹੋ ਗਿਆ ਤਕਰੀਬਨ ਇਹ ਸ਼ੌਕੀਆ ਜਿਹੜੇ ਮਾਲਕ ਨੇ ਹਾਲਾ ਇਹ ਉਹਨਾਂ ਲੋਕਾਂ ਰੱਖਿਆ ਨਾ ਸਾਰਾ ਲਾਕਾ ਟਮੇਲੀ ਵਾਲੀ ਸਾਈਡ ਨਾਲ ਸਾਰਾ ਸਾਰਾ ਟਮੇਲੀ ਹੈ ਸਹੀ ਹੈ ਪੈਸਾ ਕਹਿਣੇ ਉਹ ਬੱਸ ਚਲਾ ਕੇ ਇੱਕ ਜਿਸ ਬੰਦੇ ਕੋਲ ਇੱਕ ਬੱਸ ਹੈ ਉਹ ਚਲਾ ਕੇ ਆਪਣੇ ਘਰਾਂ ਨਿਜ਼ਾਮ ਚਲਾ ਸਕਣਾ ਜਾਂ ਸਿਰਫ ਸ਼ੌਕ ਪੂਰਾ ਕਰ ਸਕਣਾ ਸਹੀ ਹੈ ਬਾਕੀ ਸਰ ਇਹਨਾਂ ਗੱਡੀਆਂ ਨੇ ਜਿਹੜਾ ਸਿਸਟਮ ਨਿਜ਼ਾਮ ਕੋ ਨਹੀਂ ਰਿਹਾ ਸਿਰਫ ਇਹ ਸ਼ੌਕ ਨਾਲ ਜਿਸ ਬੰਦੇ ਰੱਖੀ ਹੈ ਉਸ ਬੰਦੇ ਰੱਖੀ ਹੈ ਸਹੀ ਹੈ ਇਹ ਭਾਈ ਆਪਣੇ ਜ਼ਿੰਦਗੀ ਇਹਨਾਂ ਨਾਲ ਮਾੜੀ ਫਸਟ ਟਾਈਮ ਵੀ ਨਾਲ ਮੁਲਾਕਾਤ ਹੋਈ ਸੀ ਹਾਲਾ ਉਹਨਾਂ ਯਾਰ ਸਰ ਜੁਰਗਾ ਨਹੀਂ ਹੈ ਗੱਡੀ ਨਿਸ਼ਾਨੀ ਹੈ ਤਾਂ ਅਸੀਂ ਗੱਡੀ ਆ ਗਏ ਅਸੀਂ ਵਰ ਕੀਤਾ ਇੱਕ ਮਹੀਨਾ ਪੂਰਾ ਸਹੀ ਹੈ ਗੱਡੀ ਦੀ ਲੋੜਨੇ ਵਾਸਤੇ ਸਹੀ ਹੈ ਤੇ ਫਿਰ ਗੱਡੀ ਅਸਾਂ ਕਿਤੇ ਵੀ ਅਸੀਂ ਸਰ ਵੀ ਨਾਲ ਦੀ ਵੀ ਨਾਲ ਸਾਰਾ ਮਕੈਨੀਕਲ ਕੰਮ ਕਰਾਇਆ ਸਹੀ ਹੈ ਬਾਰਵੇਂ ਮਹੀਨੇ ਦੀ 5 ਤਰੀਕ ਅਸੀਂ ਵਰਕਸ਼ਾਪ ਲਾਈ ਸੀ ਤੇ ਸਰ ਚੌਥੇ ਮਹੀਨੇ ਦੀ 28 ਤਰੀਕ ਅਸੀਂ ਵਾਪਸ ਫਿਰ ਜਾਂਦੀ ਹੈ ਯਾਨੀ ਕਿ 4-5 ਮਹੀਨੇ ਸਾਡੇ ਤਿਆਰੀ 'ਚ ਲੱਗੇ ਸਹੀ ਹੋ ਗਿਆ ਭਾਈ ਉਮਰ ਸਾਹਿਬ ਤਾਂ ਚੱਲ ਗਿਆ ਸਾਹਿਬ ਜਾਨ ਅਸੀਂ ਵਰਕ ਕਰ ਰਹੇ ਹਾਂ ਤਾਂ ਬਸ ਮੇਰਾ ਕੀ ਕੀਆ ਦਾ ਇਸ ਮੇਰਾ ਦਾ ਬੜਾ ਫਲ ਅਸੀਂ ਕਿੰਨਾ ਪਿਆ ਔਰ ਮਾਸ਼ਾਅੱਲਾ ਗੱਡੀ ਤਿਆਰ ਹੋ ਸਹੀ ਹੈ ਕੱਲ ਅਸੀਂ ਗਏ ਸਾਂ ਇਸਲਾਮਗੜ੍ਹ ਸਾਰੀ ਇਸ ਗੱਡੀ ਦੇ ਰੂਟ ਪਰ ਪਿਆ ਹਾਂ ਜੀ ਇਹਦਾ ਸਫ਼ਰ ਕਰ ਰਿਹਾ ਜੀ ਮੇਰੇ ਪਾ ਜਾ ਰਿਹਾ ਬੱਸਾਂ ਦਾ ਕੋਈ ਜਨਾਬ ਜਿਹੜੇ ਨਹੀਂ ਲੱਗਦੇ ਜ਼ਬਰਦਸਤ ਇਹ ਤਾਂ ਸਰਕਾਰ ਬਣਾਈ ਹੈ ਜੀ ਬੜੇ ਤੇਜ਼ ਖੜਨਾ ਪਿਓ ਹਾਂ
ਸਬਸਕ੍ਰਾਈਬ ਕਰਨਾ ਇਨਸ਼ਾਅੱਲਾ ਜ਼ਰੂਰ ਤੱਕ ਨਵੀਂ ਵੀਡੀਓ ਨਾਲ ਅੱਲਾਹ ਸੁਣਨ ਵਾਲਾ।